ਇੱਥੇ ਗਲਾਰ ਦੋ ਸਾਰਾ ਇੱਥੇ ਡੀ ਆ अमृतसर पुलिस ने लखबीर सिंह उर्फ लंडा ते सतनाम सिंह उर्फ सत्ता गैंगस्टर दे इशारे ते ਘਾਟਾ ਚ पिछले दिन घर के बाहर खड़ी कार ते गोलियां चलाने वाले एक शूटर नू पिस्तौल समेत काबू किया है। इस तो एक दिन पहला ही पुलिस ने लखबीर लंडा के दो होर साथियों नू भी गिरफ्तार किया सी। सारे मामले संबंधी अज अमृतसर दे विच ADCP अभिमन्यु राणा ने होर जानकारी दिंदिया दस्सिया कि फड़े गए मेन शूटर का नाम युद्धवीर सिंह उर्फ योद्धा है। ਉਹਨਾਂ ਹੋਰ ਕੀ ਕੋਈ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ। ਸਰ ਆਪਾਂ ਕੱਲ ਵੀ ਇੱਕ PC ਕੀਤੀ ਸੀਗੀ ਤੇ ਉਹਦੇ ਕੰਟੀਨਿਊਸ਼ਨ ਦੇ ਵਿੱਚ ਹੀ ਹੈ। 22-23 ਅਪ੍ਰੈਲ ਦੀ ਰਾਤ ਨੂੰ ਜਿਹੜੀ ਫਾਇਰਿੰਗ ਹੋਈ ਸੀਗੀ ਛਿਆਟੇ ਦੇ ਵਿੱਚ, ਉਸ ਤੋਂ ਬਾਅਦ ਮੁਕਦਮਾ ਨੰਬਰ 75 ਛਿਆਟੇ ਥਾਣੇ ਦਰਜ ਹੋਇਆ ਸੀ। ਕੱਲ ਆਪਾਂ ਦੋ ਬੰਦੇ ਫੜੇ ਸੀਗੇ, ਇੱਕ ਜੋਬਨ ਤੇ ਦੂਜਾ ਰਿੰਕੂ। ਉਹਨਾਂ ਦੀ ਫਰਦਰ ਪੁੱਛਗਿੱਛ ਤੋਂ ਆਪਾਂ ਇੱਕ ਹੋਰ ਜਿਹੜਾ ਮੇਨ ਸ਼ੂਟਰ ਸੀਗਾ ਉਹਨੂੰ ਫੜਨ 'ਚ ਕਾਮਯਾਬ ਰਹੇ ਹਾਂ। ਉਹਦਾ ਨਾਂ ਹੈਗਾ ਜੋਧਵੀਰ ਸਿੰਘ ਜੋਧਾ, ਜਿਹੜਾ ਕਿ ਸੁਲਤਾਨਵਿੰਡ ਪਿੰਡ ਦਾ ਰਹਿਣ ਵਾਲਾ ਹੈ। ਇਹਦੇ ਖਿਲਾਫ਼ ਪਹਿਲਾਂ ਹੀ ਦੋ ਪਰਚੇ ਦਰਜ ਹੈ, ਇੱਕ ਥਾਣੇ ਸਦਰ ਦਾ ਪਰਚਾ, ਇੱਕ ਹੈਗਾ ਥਾਣੇ ਸੁਲਤਾਨਵਿੰਡ ਦਾ ਪਰਚਾ 307 ਦਾ, ਅਤੇ ਦੂਜਾ ਆਮ ਸੈਕਟ ਦਾ ਪਰਚਾ ਹੈ ਥਾਣਾ ਸਦਰ ਤਰਨ ਤਾਰਨ ਦਾ। ਇਹਦੇ ਕੋਲੋਂ ਸਾਨੂੰ ਇੱਕ ਪਿਸਟਲ 32 ਬੋਰ ਜਿਹੜਾ ਕਿ ਕੰਟਰੀ ਮੇਡ ਅਤੇ 4 ਜਿੰਦਾ ਰੋਂਦ ਬਰਾਮਦ ਹੋਏ ਹੈ। ਇਹ ਪਿਸਟਲ ਉਹੀ ਹੈ ਜਿਹੜਾ ਕਿ ਵਾਰਦਾਤ ਦੇ ਸਮੇਂ ਇਸਤੇਮਾਲ ਹੋਇਆ ਸੀਗਾ। ਇਹਦੀ ਪੁੱਛਗਿੱਛ ਤੋਂ ਫਰਦਰ ਇਹਨੇ ਕਲੀਅਰ ਕੀਤਾ ਹੈ ਕਿ ਇਹ ਜਿਹੜਾ ਜੋਧਾ ਹੈ ਇਹ ਰਵੀ ਗਿੱਲ ਦੇ ਨਾਲ ਟੱਚ ਸੀਗਾ, ਅਤੇ ਇੱਕ ਹੋਰ ਇੰਡੀਅਨ ਬੰਦਾ ਸਾਬੀ ਜਿਹੜਾ ਕਿ ਪਿੱਛੇ ਤੁਹਾਨੂੰ ਯਾਦ ਹੋਣਾ ਹੈ ਕ੍ਰਿਸਟਲ ਚੌਂਕ 'ਤੇ ਹੋਟਲ ਵਿਕਟੋਰੀਆ ਸੀਗਾ, ਉੱਥੇ ਫਾਇਰਿੰਗ ਹੋਈ ਸੀ, ਉਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਹੋਈ ਸੀਗੀ। ਅਤੇ ਹੁਣ ਇਹ ਮੁਕੱਦਮੇ ਦੇ ਵਿੱਚ ਵੀ ਸਾਬੀ ਜਿਹੜਾ ਨੋਮੀਨੇਟ ਹੋ ਗਿਆ, ਅਤੇ ਇਹਦੀ ਜਿਹੜੀ ਭਾਲ ਜਾਰੀ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।